ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਪਾਬੰਦੀਆਂ ਲਾਉਣ ਦਾ ਕੈਨੇਡਾ ਦੇ ਉੱਪਰ ਕੀ ਅਸਰ ਪੈ ਰਿਹਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਨਿੱਤ ਪਾਬੰਦੀਆਂ ਜਿਹੜੀਆਂ ਨਵੀਆਂ-ਨਵੀਆਂ ਲੱਗ ਰਹੀਆਂ ਐ ਜਾਂ ਉਹਨਾਂ ਦੀ ਗਿਣਤੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ BC ਨੇ ਵੀ ਅਨਾਊਂਸਮੈਂਟ ਕੀਤੀ ਹੈ ਕਿ ਨਵੇਂ ਕਾਲਜਾਂ ਦੇ ਵਿੱਚ ਜਿਹੜੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਡਮਿਸ਼ਨ ਆ ਉਹਦੇ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਗਏ ਆ ਹੁਣ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਕੈਨੇਡਾ ਦੇ ਵਿੱਚ ਆ ਰਹੀ ਸੀ ਉਹਦੇ ਨਾਲ ਜਿਹੜੇ ਕਾਲਜes ਸੀਗੇ ਉਹਨਾਂ ਦੀਆਂ ਫੀਸਾਂ ਵੱਧ ਸੀ ਤੇ ਉਹਨਾਂ ਦਾ ਸਾਰਾ ਧਾਰੋਮਦਾਰ ਇਹਨਾਂ ਦੇ ਸਿਰ ਤੇ ਸੀਗਾ ਹੁਣ ਜੇ ਉਹਨਾਂ ਦੀ ਗਿਣਤੀ ਘਟ ਗਈ ਜਿਹੜੇ ਕਾਲਜ ਇੱਥੇ ਚੱਲਦੇ ਸੀ ਜਿਨ੍ਹਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੀਸ ਦੇ ਰੂਪ ਦੇ ਵਿੱਚ ਜਿਹੜਾ ਰੈਵਨਿਊ ਆਉਂਦਾ ਸੀ ਵਿਦਿਆਰਥੀਆਂ ਦਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਪੈਸਾ ਲੈ ਕੇ ਆ ਰਹੇ ਸੀ ਉਹਦੇ ਨਾਲ ਕਾਲਜ ਚੱਲਦਾ ਸੀ ਹੁਣ ਉਹਨਾਂ ਦੀ ਗਿਣਤੀ ਘਟ ਗਈ ਜ ਉਹਨਾਂ ਕਾਲਜਾਂ ਦੇ ਵਿੱਚ ਉਹਨਾਂ ਦਾ ਦਾਖਲਾ ਘਟ ਜਾਣਾ ਉਹ ਦਾਖਲਾ ਘਟਣ ਦੇ ਨਾਲ ਜਿਹੜਾ ਕਾਲਜ ਦਾ ਫਾਈਨੈਂਸ਼ੀਅਲ लॉस ਹੋਣਾ ਜਿਹੜਾ ਉਹਨਾਂ ਦਾ ਪੈਸੇ ਥੇਲੇ ਦੇ ਘਟਣੇ ਆ ਕੀ ਉਹ ਜਿਹੜੇ ਇੱਥੇ ਦੇ ਸਟੂਡੈਂਟ ਨੇ ਇਹਨਾਂ ਦੀਆਂ ਫੀਸਾਂ ਵਧਾ ਕੇ ਪੂਰਾ ਕੀਤਾ ਜਾਊ ਕਰਨ ਦੀਆਂ ਫੀਸਾਂ ਵੱਧ ਸਕਦੀਆਂ ਜਿਹੜਾ ਸਾਰਾ ਤਾਣਾ ਬਾਣਾ ਅੰਤਰਰਾਸ਼ਟਰੀ ਸਟੂਡੈਂਟਸ ਦੇ ਆਉਣ ਦੇ ਨਾਲ ਜਿਹੜੀਆਂ ਨੌਕਰੀਆਂ ਟਿਕੀਆਂ ਸੀ ਕਾਲਜੇਸ ਦੇ ਵਿੱਚ ਕੀ ਉੱਥੇ ਲੀਫਸ ਹੋਣਗੀਆਂ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਸਟੱਡੀ ਪਰਮਿਟ ਜੇਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਫਰਕ ਪਿਆ ਆ ਤੇ ਜੇ ਇਸ ਤਰੀਕੇ ਦੀ ਉਦਾਸੀ ਇੱਕ ਇਸ ਕਿਸਮ ਦੇ ਲੋਕਾਂ ਦੇ ਵਿੱਚ ਪਾਈ ਜਾ ਰਹੀ ਹੈ ਕਿ ਜਿਹੜੇ ਨਵੇਂ ਸਟੂਡੈਂਟ ਜਿਹੜੇ ਹੱਲੇ ਕੈਨੇਡਾ ਦੇ ਵਿੱਚ ਆਏ ਨਹੀਂ ਉਹਨਾਂ ਦੇ ਉੱਤੇ ਇਹ ਕੈਪ ਲਾਇਆ ਗਿਆ। ਬਹੁਤ ਸਾਰੇ ਲੋਕ ਆ ਜਿਹੜੇ ਇਸ ਵੇਲੇ ਇੱਥੇ ਪੜ ਰਹੇ ਆ ਪਰ ਨਵਿਆਂ ਦੇ ਆਉਣ ਨਾਲ ਇਹਨਾਂ ਦੇ ਉੱਤੇ ਅਸਰ ਪੈ ਸਕਦਾ। ਜਿਹੜਾ ਮਤਲਬ ਕਿਉਂਕਿ ਉਹਨਾਂ ਦੀ ਫੀਸ ਦੇ ਉੱਤੇ ਅਸਰ ਪੈ ਸਕਦਾ ਇਸ ਚੀਜ਼ ਦੇ ਨਾਲ। ਜਿੱਦਾਂ ਪੋਸਟ ਗ੍ਰੈਜੂਏਟ ਤੇ ਜਿਹੜੇ ਸਪੌਸਲ ਵਰਕ ਸਪੌਸਲ ਵਰਕ ਪਰਮਿਟ एलिਜੀਬਿਲਟੀ ਆ ਉਹ ਚੇਂਜ ਕੀਤੀ ਐ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਉਹਦੇ ਨਾਲ ਜਿਹੜਾ 35% ਡ੍ਰੌਪ ਇਹਦੇ ਵਿੱਚ ਹੋਣਾ ਆ ਕਾਫੀ ਜ਼ਿਆਦਾ ਹਿੱਲ ਜੋ ਇੱਥੇ ਹੋ ਰਹੀ ਆ ਹੁਣ ਜਿਹੜੀ IRCC ਆ ਉਹ ਨਵੇਂ ਪਰਮਿਟ ਡਿਸਟ੍ਰਿਬਿਊਟ ਕਰੂਗੀ ਪੋਪੂਲੇਸ਼ਨ ਦੇ ਆਧਾਰ ਤੇ ਉੱਤੇ ਕਿ ਪ੍ਰੋਵਿੰਸ ਦੇ ਵਿੱਚ ਕੀ ਪੋਪੂਲੇਸ਼ਨ ਆ ਉੱਥੇ ਕਿਸ ਤਰੀਕੇ ਦੇ ਨਾਲ ਡਿਸਟ੍ਰਿਬਿਊਸ਼ਨ ਕਰਨੀ ਹੈ ਵੀ ਡਿਸਪਰਪੋਰਸ਼ਨ ਨਾ ਹੋਵੇ ਹੁਣ ਦੋ ਵੱਡੇ ਸੂਬੇ ਆ ਅਨਟੈਰੀਓ ਤੇ ਬ੍ਰਿਟਿਸ਼ ਕੋਲੰਬੀਆ ਜਿੱਥੇ ਇਹ ਆਉਂਦੇ ਸੀ ਇੱਥੇ ਸਭ ਤੋਂ ਵੱਧ ਚੈਲਿੰਜਿੰਗ ਜਿਹੜੀ ਗੱਲਬਾਤ ਨਜ਼ਰ ਆ ਰਹੀ ਹੈ ਹੋਇਆ ਕੀ ਇੱਕ ਜਿਹੜਾ ਐਡਮਿਸ਼ਨ ਸਿਸਟਮ ਆ ਇਸ ਵੇਲੇ ਚੱਲ ਰਿਹਾ ਸੀ ਉਹਦੇ ਵਿੱਚ ਇਹਨਾਂ ਨੂੰ ਕਾਲਜੇਜ਼ ਨੂੰ ਬਾਕੀ ਚੀਜ਼ਾਂ ਨੂੰ ਟਾਈਮ ਨਹੀਂ ਮਿਲਿਆ ਫਿਕਰ ਆਊਟ ਕਰਨ ਦਾ ਕਿ ਥੋੜਾ ਬਹੁਤਾ ਜੇ ਇਹਨਾਂ ਦੇ ਕੋਲ ਟਾਈਮ ਹੁੰਦਾ ਆ ਇਥੇ ਯੂਬੀਸੀ ਆਪਣੇ ਬੀਸੀ ਦੇ ਵਿੱਚ ਵੀ ਤੇ ਅੰਟੈਰੀਓ ਦੇ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟ ਪਾਲਿਸੀ ਦੇ ਉੱਤੇ ਤਾਂ ਸ਼ਾਇਦ ਕੁਝ ਨਾ ਕੁਝ ਜ਼ਿਆਦਾ ਚੰਗੀ ਤਰ੍ਹਾਂ ਟੈਕਲ ਕਰ ਲੈਂਦੇ ਸੀ ਹੁਣ ਜਿਹੜਾ ਪ੍ਰੋਵਿੰਸ ਆ ਇਹਨੂੰ ਸਟਰੈਟਜੀ ਬਣਾਉਣੀ ਪਾਉਗੀ ਕਿ ਉਹ ਡਿਸਟ੍ਰਿਬਿਊਟ ਸਟਡੀ ਪਰਮਿਟ ਕਿਸ ਤਰੀਕੇ ਨਾਲ ਕਰਦੇ ਆ ਤੇ ਇਹਨੂੰ ਆਰਗੇਨਾਈਜ਼ ਕਿਦਾਂ ਕਰਦੇ ਆ ਉਹ ਟਾਈਮ ਪੀਰੀਅਡ ਜਿੱਥੇ ਅੰਤਰਰਾਸ਼ਟਰੀ ਸਟੂਡੈਂਟਸ ਜਿਹੜੇ ਉਹਨਾਂ ਨੂੰ ਲੈਟਰਸ ਮਿਲਦੀਆਂ ਸਕੂਲ ਦੇ ਵਿੱਚੋਂ ਕਨਫਰਮ ਕਰ ਲੈਂਦੀ ਉਹਨਾਂ ਦੀਆਂ ਸਟੱਡੀਆਂ ਤੇ ਉਹ ਸਾਰਾ ਕੁਝ ਆ ਹੁਣ ਉਹ IARCIC ਦੇ ਥਰੂ ਹੋਊਗਾ ਕਿ ਉਹਨਾਂ ਤੋਂ ਡਾਕੂਮੈਂਟ ਜਿਹੜੇ ਆਹੋ ਲੈ ਜਾਣਗੇ ਜਿਹੜੇ ਸਟੂਡੈਂਟਸ ਨੇ ਐਸ ਪੀਲੇ ਇਹਦਾ ਕਹ ਲੋ ਕਰਨ ਇੱਕ ਲੂਪ ਦੇ ਵਿੱਚ ਪਾ ਦਿੱਤਾ ਗਿਆ ਜਿਹੜੇ ਸਕੂਲ ਅਫੀਸ਼ੀਅਲਸ ਨੇ ਤੇ ਸਟੂਡੈਂਟ ਜਿਹੜੇ ਰਿਪਰਜੈਂਟੇਟਿਵ ਨੇ ਸੋ ਇੱਕ ਪਾਥਵੇ ਪੂਰੇ ਦਾ ਪੂਰਾ ਸਾਈਕਲ ਦਾ ਚੇਂਜ ਹੋਇਆ ਕਈ ਕਿਸਮ ਦੇ ਜਿਹੜੇ ਬਦਲਾਅ ਇਹਦੇ ਵਿੱਚ ਆ ਰਹੇ ਆ ਕਿਤੇ ਨਾ ਕਿਤੇ ਲੋਕ ਅਧ ਵਿਚਾਲੇ ਲਟਕੇ ਵੀ ਮਹਿਸੂਸ ਕਰ ਰਹੇ ਆ ਕੈਨੇਡਾ ਦੇ ਵਿੱਚ ਆਉਣਾ ਸਿਰਫ ਭਾਰਤ ਤੋਂ ਨਹੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਲੋਕ ਇੱਥੇ ਆਏ ਆ ਉਹਨਾਂ ਸਾਰਿਆਂ ਦੇ ਲਈ ਜਿਹੜੀ ਇਹ ਸਮੱਸਿਆ ਹੈ ਪ੍ਰੋਵਿੰਸ ਹੁਣ ਕੀ ਕਰ ਰਿਹਾ ਹੈ ਜਿਵੇਂ ਅੱਜ ਬੀਸੀ ਦੇ ਵਿੱਚ ਅਨਾਊਂਸਮੈਂਟ ਹੋਈ ਆ ਕਿ ਜਿਹੜਾ ਸਟੂਡੈਂਟ ਆ ਰਿਹਾ ਉਹਨੂੰ ਸਾਰੀ ਫੀਸ ਦਾ ਪਹਿਲਾਂ ਅਨਸ਼ੋਰ ਹੋਵੇ ਕਿ ਉਹਦੀ ਫੀਸ ਕਿੱਥੋਂ ਹੋਣੀ ਹੈ ਉਹਦੇ ਕੋਲ ਹੈਗੀ ਜਾਂ ਉਹਨੇ ਕਿੱਥੇ ਕੰਮ ਕਰਨਾ ਜਿੰਨਾ ਉਹਦਾ ਕੋਰਸ ਆ ਉਹ ਸਾਰੇ ਦੇ ਸਾਰੇ ਦੀ ਸੋ ਕੁਝ ਕਾਲਜੇਸ ਦੇ ਵਿੱਚ 30% ਇਵਨ 40% ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਉਹ 40% ਦਾ ਮਤਲਬ ਆ ਤਿੰਨ ਗੁਣਾ ਫੀਸਾਂ ਤੇ ਜਿਹੜਾ ਕਾਲਜ ਡਿਪੈਂਡੈਂਟ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕਰ ਰਿਹਾ ਤੇ ਤਿੰਨ ਗੁਣਾ ਫੀਸਾਂ ਦੇ ਉੱਤੇ ਕਰ ਰਿਹਾ ਉੱਥੇ ਜਿਹੜੇ ਇੱਥੇ ਵਾਲੇ ਬੱਚੇ ਪੜ੍ਹ ਰਹੇ ਉਹਨਾਂ ਦੇ ਉੱਤੇ ਵੀ ਤਾਂ ਅਸਰ ਪਊਗਾ ਜੇ ਗੱਲ ਸਿਰਫ ਇੰਨੀ ਨਹੀਂ ਕਿ ਉਹਨਾਂ ਦਾ ਮੁਨਾਫਾ ਘਟ ਜਾਊਗਾ ਪਰ ਜਿਹੜੇ ਇੱਥੋਂ ਦੇ ਸਟੂਡੈਂਟ ਪੜ੍ਹ ਰਹੇ ਆ ਉਹਨਾਂ ਦੇ ਉੱਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਅ ਅਸਰ ਪੈਣ ਦੀ ਜਿਹੜੀ ਆਸਾ ਸਭ ਤੋਂ ਵੱਧ ਬ੍ਰਿਟਿਸ਼ ਕੋਲੰਬੀਆ ਤੇ ਐਂਟਰੀਓ ਦੇ ਵਿੱਚ ਇਸ ਕੈਪ ਦਾ ਅਸਰ ਪੈਣਾ ਲੋਕ ਇਸ ਬਾਰੇ ਚਿੰਤਤ ਨੇ ਇਸ ਵੇਲੇ ਕਿ ਇਹਦਾ ਭਵਿੱਖ ਕੀ ਹੋਊਗਾ ਫਾਈਨੈਂਸ਼ੀਅਲ ਲਾਸ ਕਿੰਨਾ ਖੋਊਗਾ ਚੀਜ਼ਾਂ ਠੀਕ ਠਾਕ ਕਿੰਨੀਆਂ ਹੋਣਗੀਆਂ ਤੇ ਮਾੜਾ ਅਸਰ ਕਿੰਨਾ ਕਿਧਰੇ ਪਾਸੇ ਪੈ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ